ਉਹ ਅੰਦਰ ਆਇਆ, ਉਹ ਦੂਸਰਾ ਦਰਵਾਜ਼ਾ ਖੋਲ੍ਹ ਕੇ ਮੈਂ ਦੂਜੇ ਦਰਵਾਜ਼ੇ ਨੂੰ ਉਹਨੇ ਨੂੰ ਫੜ ਲਿਆ ਔਰ ਉਹ ਕਹਿ ਰਿਹਾ, ਮੈਡਮ ਮੈਂ 2 ਸਾਲ ਤੋਂ ਕਿਸੇ ਲੇਡੀ ਨੂੰ ਮੈਂ ਹੱਥ ਨਹੀਂ ਲਗਾਇਆ, ਮੈਨੂੰ ਲੇਡੀ ਚਾਹੀਦੀ ਹੈ, ਐਂਡ ਹੀ ਵਾਸ ਕੋਂਸਟੈਂਟਲੀ ਰਿਪੀਟਿੰਗ ਦੀਜ਼ ਵਰਡਸ। ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਮੈਂ ਡਿਪਟੀ ਕਮਾਂਡੈਂਟ ਮੇਜਰ ਰੈਂਕ ਦੇ ਬਰਾਬਰ ਹਾਂ ਅਤੇ ਇੱਕ ਕੋਂਸਟੇਬਲ ਹੱਥ ਪਾ ਦਿੰਦਾ ਆ ਅਤੇ ਜਿੱਥੇ ਸਿਚੁਏਸ਼ਨ ਪੁੱਠੀ ਹੋਵੇ। ਮੈਂ ਤੁਹਾਨੂੰ ਸ਼ਾਰਟ 'ਚ ਇੰਨਾ ਹੀ ਦੱਸਣਾ ਚਾਹੂੰਗੀ ਕਿ ਲੇਡੀਜ਼ ਇੱਥੇ ਐਂਟਰਟੇਨਮੈਂਟ ਲਈ ਭਰਤੀ ਕੀਤੀਆਂ ਜਾਂਦੀਆਂ ਹੈ। ਮੇਰੀ ਦਰਖਾਸਤ ਸਰਕਾਰ ਨੂੰ ਇਹ ਆ ਕਿ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਅਸੀਂ ਇੰਨੇ ਮਾਣ ਨਾ ਕਰਦੇ ਨੇ, ਉਹਨਾਂ ਨੂੰ ਉੱਥੇ ਭੇਜਿਆ ਹੋਇਆ ਹੈ, ਇੱਕ ਡਿਸਕ੍ਰੀਟ ਇਨਕੁਆਇਰੀ ਕਰਾਉਣ ਅਤੇ ਉਹਨਾਂ ਦੀ ਹਾਲਤ ਉੱਥੇ ਦੇਣ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਡਿਪਟੀ ਕਮਾਂਡਰ ਕਰੁਣਾਜੀਤ ਕੌਰ, ਜਿਨ੍ਹਾਂ ਨੇ ਜਿਹੜਾ ਹੈਗਾ ਇੰਡੀਅਨ ਪੈਰਾਮਿਲਟਰੀ ਫੋਰਸ ਹੈ ਉਦੋਂ ਜਿਹੜਾ ਹੈਗਾ ਰਿਜਾਇਨ ਦਿੱਤਾ। ਕਿਉਂ ਰਿਜਾਇਨ ਦਿੱਤਾ ਹੈਗਾ ਆਪਾਂ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ। ਮੈਡਮ ਇਹ ਦੱਸੋ, ਪੈਰਾਮਿਲਟਰੀ ਫੋਰਸ ਤੁਸੀਂ ਰਿਜਾਇਨ ਕਿਉਂ ਦਿੱਤਾ, ਕੀ ਕਾਰਨ ਹੈ ਤੁਹਾਡਾ ਰਿਜਾਇਨ ਦੇਣ ਦਾ? ਹਾਂਜੀ, ਮੈਂ ਇੰਡੋ ਤਿਬਤਨ ਬਾਰਡਰ ਪੁਲਿਸ ਫੋਰਸ 'ਚ ਐਸ ਡਿਪਟੀ ਕਮਾਂਡੈਂਟ ਕੰਮ ਕਰ ਰਹੀ ਸੀ ਔਰ ਮੈਂ ਉੱਥੋਂ ਰਿਜ਼ਾਈਨ ਦਿੱਤਾ। ਮੈਨੂੰ ਇਹਨਾਂ ਨੇ ਬਾਰਡਰ 'ਤੇ ਭੇਜਿਆ ਸੀ, ਇੱਕ ਮੇਰੇ ਨਾਲ ਹੋਰ ਲੇਡੀ ਆਫਿਸਰ ਸੀ, ਉਹ ਬਾਰਡਰ 'ਤੇ ਹੋਰ ਕੋਈ ਵੀ ਲੇਡੀਜ਼ ਨਹੀਂ ਸੀਗੀਆਂ। ਅਸੀਂ ਜਦ ਗਏ ਇਹਨਾਂ ਨੂੰ ਕਿਹਾ ਵੀ ਆ ਸਾਡੇ ਨਾਲ 2 ਲੇਡੀ ਕੋਂਸਟੇਬਲਸ ਭੇਜ ਦਿਉ, ਪਰ ਇਹਨਾਂ ਨੇ ਕਿਹਾ ਉਹਨਾਂ ਲਈ ਕੋਈ ਫੈਸਿਲਿਟੀਜ਼ ਨਹੀਂ ਆ। ਉੱਥੇ ਵੀ ਵਰ ਸੈਂਟ, ਅੱਧੀ ਰਾਤ ਨੂੰ ਇੱਕ ਕੋਂਸਟੇਬਲ ਹੀ ਇੰਟਰੂਡਿਡ ਇਨ ਟੂ ਆਰ ਰੂਮ ਔਰ ਉਹਨੇ ਉਹ ਪਹਿਲਾ ਦਰਵਾਜ਼ਾ ਖੋਲ੍ਹ ਕੇ ਅੰਦਰ ਆਇਆ, ਉਹਨੂੰ ਕੁੰਡੀ ਨਹੀਂ ਸੀ ਦਰਵਾਜ਼ੇ ਨੂੰ, ਕੁੰਡੀ ਸੀਗੀ ਪਰ ਇਟ ਵਾਜ਼ ਨੋਟ ਇਨ ਵਰਕਿੰਗ ਪੋਜੀਸ਼ਨ। ਉਹ ਅੰਦਰ ਆਇਆ, ਉਹ ਦੂਸਰਾ ਦਰਵਾਜ਼ਾ ਖੋਲ੍ਹ ਕੇ ਮੈਂ ਦੂਜੇ ਦਰਵਾਜ਼ੇ ਨੂੰ ਉਹਨੇ ਨੂੰ ਫੜ ਲਿਆ ਔਰ ਉਹ ਕਹਿ ਰਿਹਾ, ਮੈਡਮ ਮੈਂ 2 ਸਾਲ ਤੋਂ ਕਿਸੇ ਲੇਡੀ ਨੂੰ ਮੈਂ ਹੱਥ ਨਹੀਂ ਲਗਾਇਆ, ਮੈਨੂੰ ਲੇਡੀ ਚਾਹੀਦੀ ਹੈ, ਐਂਡ ਹੀ ਵਾਜ਼ ਕੋਂਸਟੈਂਟਲੀ ਰਿਪੀਟਿੰਗ ਦੀਜ਼ ਵਰਡਸ। ਇਹਨੇ ਨੂੰ ਮੈਂ ਫੋਨ ਕੀਤਾ ਔਰ ਉੱਥੇ ਬਾਕੀ ਦੇ ਬੰਦੇ ਬਾਹਰ ਆਏ ਆ, ਜਦੋਂ ਬਾਕੀ ਦੇ ਬੰਦੇ ਬਾਹਰ ਆਏ ਆ ਦੇ ਵਰ ਵੈਰੀ ਕੋਲਡ, ਉੱਥੇ ਆਫਿਸਰ ਇੰਚਾਰਜ ਸੀਗੇ ਜਿਹੜੇ ਪੋਸਟ ਕਮਾਂਡਰ ਦੇ। ਮੈਂ ਉਹਨਾਂ ਨੂੰ ਦੱਸਿਆ ਕਿ ਇਹ ਬੰਦਾ ਇੱਦਾਂ ਅੰਦਰ ਆਇਆ ਔਰ ਸਾਨੂੰ ਇਹ ਕਹਿ ਰਿਹਾ, ਔਰ ਉਹਨਾਂ ਨੇ ਉਹਨੂੰ ਪੁੱਠਾ ਕਹਿਣਾ ਸ਼ੁਰੂ ਕਰਤਾ ਕੋਂਸਟੇਬਲ ਨੂੰ ਕਿ ਤੂੰ ਡਾਕਟਰ ਤੋਂ ਦਵਾਈ ਲੈਣੀ ਸੀ ਜਾਂ ਤੈਨੂੰ ਕੋਈ ਕੰਮ ਸੀ ਤਾਂ ਤੂੰ ਸਾਡੇ ਕੋਲ ਆਉਂਦਾ ਇੱਥੇ ਕੀ ਕਰਨ ਗਿਆ ਸੀਗਾ, ਔਰ ਫਿਰ ਉਹਨੂੰ ਕਹਿੰਦੇ ਤੂੰ ਜਾ ਕੇ ਸੌ ਜਾ ਉੱਥੇ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਇਹ ਸੌਏਗਾ ਨਹੀਂ, ਇਹਨੂੰ ਤੁਸੀਂ ਅੰਦਰ ਬੰਦ ਕਰੋ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਹੁਣੀ ਡੀ ਜੀ ਸਾਹਿਬ ਨਾਲ ਗੱਲ ਕਰਨੀ ਹੈ, ਮੈਨੂੰ ਫੋਨ ਦਿਓ। ਉਹਨਾਂ ਨੇ ਮੈਨੂੰ ਕਿਹਾ ਕਿ ਫੋਨ ਕੰਮ ਨਹੀਂ ਕਰ ਰਿਹਾ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਵਾਇਰਲੈਸ ਟੈਲੀਕਮਿਊਨੀਕੇਸ਼ਨ ਦਿਓ, ਉਹਨਾਂ ਨੇ ਕਿਹਾ ਵਾਇਰਲੈਸ ਟੈਲੀਕਮਿਊਨੀਕੇਸ਼ਨ ਕੰਮ ਨਹੀਂ ਕਰ ਰਹੀ। ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਸਾਡੀ ਜਿਹੜੀ ਸੈਕਚੁਅਲ ਸਾਡੇ 'ਤੇ ਅਸੋਲਟ ਹੋਇਆ ਇਹਨੂੰ ਤਾਂ ਛੱਡ ਦਿਓ, ਦਿਸ ਇਜ਼ ਸੱਚ ਐਨ ਐਕਟਿਵ ਓਪਰੇਸ਼ਨਲ ਬਾਰਡਰ ਹੈਗਾ ਆ, ਤੁਸੀਂ ਫੋਰਵਰਡ ਏਰੀਆਜ਼ ਦਾ ਇਹ ਟੈਕਟੀਕਲ ਹੈਡਕੁਆਟਰ ਹੈਗਾ, ਤੁਹਾਡੇ ਕੋਲ ਜੇ ਓਪਰੇਸ਼ਨਲ ਪ੍ਰੋਬਲਮ ਹੋ ਜਾਵੇ, ਜਗ੍ਹਾ ਬਾਰਡਰ ਤੋਂ ਮੇਰੇ ਖਿਆਲ ਕੋਈ 40-35-40 ਕਿਲੋਮੀਟਰ ਹੀ ਹੋਏਗੀ ਅਬਾਊਟ, ਉੱਥੋਂ ਕੋਈ ਓਪਰੇਸ਼ਨਲ ਪ੍ਰੋਬਲਮ ਹੋ ਜਾਵੇ ਤਾਂ ਯੂ ਹੈਵ ਨਥਿੰਗ ਟੂ ਟੈਲ ਟੂ ਯਰ ਅਥੋਰਿਟੀਜ਼ ਇਨ ਦੀ ਰੀਅਰ। ਫਿਰ ਇਹਨਾਂ ਨੂੰ ਉਹ 'ਚ 2-4 ਜਵਾਨ ਚੰਗੇ ਸੀ, ਉਹਨਾਂ ਨੇ ਮੈਨੂੰ ਕਿਹਾ ਮੈਡਮ ਇੱਥੇ ਇੰਡੀਅਨ ਆਰਮੀ ਦੀ ਐਕਸਰਸਾਈਜ਼ ਹੋਏਗੀ ਹੋ ਰਹੀ ਹੈ, ਉਹਨਾਂ ਦੀ ਸਿਗਨਲ ਯੂਨਿਟ ਹੈ, ਲੈਟਸ ਗੋ ਦੇਅਰ, ਉਹ ਸਾਨੂੰ ਫੋਨ ਦਊਗੇ। ਫਿਰ ਮੈਂ ਇਹਨਾਂ ਨੂੰ ਕਿਹਾ ਚਲੋ ਮੈਨੂੰ ਡਾਇਰੈਕਟਰੀ ਦਿਉ ਆਪਣੀ ਆਈ ਟੀ ਬੀ ਪੀ ਦੀ। ਇਹ ਕਹਿੰਦੇ ਸਾਡੇ ਕੋਲ ਕਿਸੇ ਦਾ ਫੋਨ ਨੰਬਰ ਹੈ ਨਹੀਂ, ਨਾ ਸਿਵਲ ਐਡਮਿਨਿਸਟ੍ਰੇਸ਼ਨ ਦਾ ਆ, ਨਾ ਸਾਡੇ ਕੋਲ ਆਪਣੇ ਆਈ ਟੀ ਬੀ ਪੀ ਦਾ ਆ। ਫਿਰ ਉਹਦੀ ਗੱਲ ਹੈ ਜੀ, ਇਹ ਹੈਗੀ ਹੈ ਜੀ 9 ਜੂਨ ਅਤੇ 10 ਜੂਨ 2019 ਦੀ ਰਾਤ ਦੀ ਗੱਲ ਹੈ। ਹਾਂਜੀ ਹਾਂਜੀ, ਜਿਹੜੀ ਤੁਸੀਂ ਇਹ ਕੰਪਲੇਂਟ ਆਪਣੇ ਸੀਨੀਅਰ ਅਧਿਕਾਰੀ ਨੂੰ ਦਿੱਤੀ, ਹੁਣ ਤੱਕ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ? ਕੋਈ ਕਾਰਵਾਈ ਨਹੀਂ ਹੋਈ, ਕੋਈ ਉਹਨਾਂ ਨੇ ਉਹਦੀ ਕੋਗਨਾਈਜੈਂਸ ਨਹੀਂ ਲਈ। ਜਿਹੜੀ ਮੈਂ ਸਭ ਤੋਂ ਪਹਿਲੀ ਕੰਪਲੇਂਟ ਪਾਈ ਸੀ, FIR ਵੀ ਮੈਂ ਆਪ ਲੌਂਚ ਕਰਾਈ ਸੀ ਮੌਕਾ ਵਾਰਦਾਤ 'ਤੇ, ਜਦ ਅਸੀਂ ਪੁਲਿਸ ਦੇ ਨਾਲ ਪਹੁੰਚੇ ਹਾਂ ਅਤੇ ਉੱਥੇ ਜਾ ਕੇ ਟੂ ਮਾਈ ਸਰਪ੍ਰਾਈਜ਼ ਆਈ ਫਾਊਂਡ ਕਿ ਉਹ ਜਿਹੜੀ ਕੁੰਡੀ ਪਹਿਲੇ ਕੰਮ ਨਹੀਂ ਕਰਦੀ ਸੀ ਉਹ ਕੰਮ ਕਰ ਰਹੀ ਸੀ, ਅਤੇ ਮੈਂ ਜਾਂਦੇ ਹੀ ਆਪਣੇ ਅਥਾਰਟੀਜ਼ ਨੂੰ ਇਹ ਲਿਖਿਆ ਸੀ ਕਿ ਉਹ ਜਿਹੜੇ CO ਸਾਹਿਬ ਆ ਉੱਥੇ ਐਵੀਡੈਂਸ ਟੈਂਪਰ ਕਰਾ ਰਹੇ ਆ, ਕਿਉਂਕਿ ਜਦ ਮੈਨੂੰ ਸਵੇਰੇ CO ਨੇ ਫੋਨ ਕੀਤਾ ਵੀ ਸੀ, ਮੈਂ ਰਾਤੀ ਉਹਨਾਂ ਨੂੰ ਜਦ CO ਨੂੰ ਆਰਮੀ ਵਾਲਿਆਂ ਦੇ ਸਿਗਨਲ ਯੂਨਿਟ ਤੋਂ ਫੋਨ ਕੀਤਾ ਅਤੇ CO ਹੀ ਵਾਜ਼ ਡੈਡ ਡਰੰਕ, ਉਹਨਾਂ ਨੂੰ ਮੇਰੀ ਗੱਲ ਸਮਝ ਨਹੀਂ ਸੀ ਆ ਰਹੀ। ਥੋੜ੍ਹੀ ਬਹੁਤ ਜਦ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਸਵੇਰ ਨੂੰ ਗੱਲ ਕਰਾਂਗੇ। ਸਵੇਰੇ ਜਦ ਮੈਂ ਉਹਨਾਂ ਨਾਲ 7 ਵਜੇ ਜਾ ਕੇ ਗੱਲ 7 ਵਜੇ ਉਹਨਾਂ ਦਾ ਮੈਨੂੰ ਫੋਨ ਆਉਂਦਾ ਕਿਸੇ ਹੋਰ ਦੇ ਫੋਨ 'ਤੇ, ਅਤੇ ਉਹਨਾਂ ਨੇ 2 ਗੱਲਾਂ ਹੀ ਮੈਨੂੰ ਕਹੀਆਂ ਕਿ ਇੱਕ ਤਾਂ ਇਹ DG ਕੋਲ ਗੱਲ ਕਿੱਦਾਂ ਪਹੁੰਚੀ ਹੈ ਅਤੇ ਦੂਜਾ ਤੂੰ ਕਿਸੇ ਨੂੰ ਦੱਸੇਂਗੀ ਨਹੀਂ ਕਿ ਉੱਥੇ ਕੁੰਡਾ ਕੰਮ ਨਹੀਂ ਸੀ ਕਰ ਰਿਹਾ। ਔਰ ਮੇਰਾ ਜਿਹੜਾ ਪ੍ਰਸ਼ਨ ਹੈ ਉਹ ਆਪਣੇ ਮੁਲਕ ਨੂੰ ਔਰ ਇਹਨਾਂ ਅਥਾਰਟੀਜ਼ ਨੂੰ ਸਿਰਫ ਇਹੀ ਆ, ਇੱਕ ਆਮ ਬੰਦਾ ਵੀ ਜਿਹੜਾ ਲੌਜੀਕਲ ਆ ਕੋਮਨ ਸੈਂਸ ਵਾਲਾ ਸਮਝੇਗਾ। ਮੈਂ ਨਹੀਂ ਕਹਿੰਦੀ ਇਹ ਘਟਨਾ ਕਿਤੇ ਹੋਰ ਨਹੀਂ ਸੀ ਹੋ ਸਕਦੀ, ਮੇਰੇ ਘਰ 'ਚ ਨਹੀਂ ਆ, ਬਾਜ਼ਾਰ 'ਚ ਨਹੀਂ ਸੀ ਹੋ ਸਕਦੀ, ਚਲੋ ਹੋ ਗਈ ਮੰਨ ਲਿਆ, ਤੁਸੀਂ ਹੁਣ ਵੀ ਕੁਛ ਨਹੀਂ ਕੀਤਾ, ਚਲੋ ਇਹ ਵੀ ਮੰਨ ਲਿਆ ਜਾਣ ਦਿੱਤਾ, ਪਰ ਜਦੋਂ ਰਾਤ ਦੇ 2 ਵਜੇ ਤੁਹਾਨੂੰ ਇਹ ਪਤਾ ਲੱਗ ਗਿਆ ਸੀ ਕਿ 2 ਲੇਡੀਜ਼ ਇੱਦਾਂ ਦੇ ਉੱਥੇ ਸਿਚੁਏਸ਼ਨ ਦੇ ਵਿੱਚ ਹੈਗੀਆਂ ਅਤੇ ਸਵੇਰੇ 7 ਵਜੇ ਤੱਕ ਤੁਹਾਨੂੰ ਨੀਂਦ ਕਿੱਦਾਂ ਆ ਗਈ, ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਮਾਵਾਂ ਜਾਂ ਕਿਸੇ, ਮੈਂ ਕਹਿੰਦੀ ਕੋਈ ਦੁਸ਼ਮਣ ਦੀ ਵੀ ਧੀ ਹੋਵੇ, ਤੁਹਾਨੂੰ ਪਤਾ ਹੋਵੇ ਕਿ ਉਹ ਇੱਦਾਂ ਦੀ ਕਿਸੇ ਸਿਚੁਏਸ਼ਨ ਦੇ ਵਿੱਚ ਹੈ ਤਾਂ ਤੁਸੀਂ ਰਾਤ ਨੂੰ ਉੱਥੇ ਸੁੱਤੇ ਰਹੋ। ਔਰ ਤੁਸੀਂ ਇੰਨੇ ਸੀਨੀਅਰ ਅਧਿਕਾਰੀ ਹੋ, ਤੁਸੀਂ ਯੂ ਕੁਡ ਹੈਵ ਸੈਂਟ ਦੀ ਸਿਵਲ ਐਡਮਿਨਿਸਟ੍ਰੇਸ਼ਨ, ਤੁਸੀਂ ਤੁਹਾਡੀ ਉੱਥੋਂ ਇਸ ਮਲਾਰੀ ਤੋਂ ਜਿਹੜੀ ਜੋਸ਼ੀਮਠ ਬਿਠਾ ਲਈ ਆ ਨਾ, ਇਟ ਇਜ਼ ਹਾਰਡਲੀ ਐਨੀ ਡਿਸਟੈਂਸ, ਘੰਟਾ ਲੱਗਦਾ ਆ। ਇਹਨਾਂ ਕੋਲ ਟ੍ਰੇਨਡ ਡਰਾਈਵਰਸ ਹੈਗੇ ਆ ਜਿਹੜੇ, ਜਿਹਨਾਂ ਨੂੰ ਮਾਊਂਟੇਨ ਡਰਾਈਵਿੰਗ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਹ ਉੱਥੇ ਭੇਜ ਦੇ ਕਿ ਕੁੜੀਆਂ ਨੂੰ ਕੱਢ ਕੇ ਲੈ ਕੇ ਆਓ। ਨਥਿੰਗ ਆਫ ਦੀ ਸੌਟ ਵਾਜ਼ ਡਨ। ਅਸੀਂ ਪੂਰੀ ਰਾਤ ਮੈਂ ਤਾਂ ਡਾਕਟਰ ਰਜਾਈ ਲੈ ਕੇ ਬਲੇਰੋ
ਕਿਸ ਤਰ੍ਹਾਂ ਦਾ ਇਨਸਲਟ ਹੁੰਦੀ ਹੈ ਜਿੱਦਾਂ ਤੁਸੀਂ ਤੁਹਾਡਾ ਕੇਸ ਸਾਹਮਣੇ ਆਇਆ ਤੁਹਾਨੂੰ ਕੀ ਲੱਗਦਾ ਗਾ ਆਈਡੀਆ ਕਿਸ ਤਰ੍ਹਾਂ ਦਾ ਇਹ ਹੁੰਦਾ ਹੈ ਕਿਉਂਕਿ ਉਹ ਤੁਸੀਂ ਰਿਜਾਇਨ ਵੀ ਦਿੱਤਾ ਹੈਗਾ ਹੁਣ ਤਾਂ ਤੁਸੀਂ ਦੱਸ ਸਕਦੇ ਹੋ ਕਿ ਲੇਡੀਜ਼ ਨਾਲ ਕਿਸ ਤਰ੍ਹਾਂ ਦੇ ਉਹ ਹੁੰਦੀ ਹੈ। ਮੈਂ ਤੁਹਾਨੂੰ ਸ਼ਾਰਟ 'ਚ ਇੰਨਾ ਹੀ ਦੱਸਣਾ ਚਾਹੂੰਗੀ ਕਿ ਲੇਡੀਜ਼ ਇੱਥੇ ਐਂਟਰਟੇਨਮੈਂਟ ਲਈ ਭਰਤੀ ਕੀਤੀਆਂ ਜਾਂਦੀਆਂ ਆ। ਸਾਡੀ ਮਹਾਰਾਜ ਵੱਲੋਂ ਤਕਦੀਰ ਚੰਗੀ ਆ, ਰੋਟੀ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਗੀ, ਕਿਤੇ ਵੀ ਕੁਰਸੀ ਡਾਲਾਂਗੇ ਆਪਣਾ ਖਾ ਲਾਂਗੇ, ਔਰ ਇੱਕ ਅੰਦਰ ਜਜ਼ਬਾ ਆ ਕਿ ਇਹ ਲੰਬੀ ਲੜਾਈ ਹੈ, ਲੜਨੀ ਆ, ਸਾਡੇ ਨਾਲ ਜੋ ਹੋ ਗਿਆ ਹੋ ਗਿਆ, ਸਾਡੀਆਂ ਧੀਆਂ ਆ, ਭੈਣਾਂ ਆ, ਕੱਲ੍ਹ ਨੂੰ ਆਉਣ ਵਾਲਾ ਟਾਈਮ ਠੀਕ ਕਰੀਏ। ਪਰ ਅੰਦਰ ਅੱਜ ਵੀ ਜਿਹੜੀਆਂ ਲੋਅਰ ਰੰਗਸ ਦੇ ਵਿੱਚ ਲੇਡੀਜ਼ ਹੈਗੀਆਂ ਆ, ਜਿਹਨਾਂ ਦੀਆਂ ਪਤਾ ਨਹੀਂ ਕੀ ਮਜਬੂਰੀਆਂ ਆ, ਉਹ ਆਪਣੀ ਗੱਲ ਬੋਲ ਨਹੀਂ ਸਕਦੀਆਂ, ਰੋਟੀ ਪਾਣੀ ਦੀ ਸਮੱਸਿਆ ਆ, ਨੌਕਰੀ ਛੱਡ ਨਹੀਂ ਸਕਦੀਆਂ। ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਮੈਂ ਡਿਪਟੀ ਕਮਾਂਡੈਂਟ ਮੇਜਰ ਰੈਂਕ ਦੇ ਬਰਾਬਰ ਹਾਂ ਅਤੇ ਇੱਕ ਕੌਂਸਟੇਬਲ ਹੱਥ ਪਾ ਦਿੰਦਾ ਆ, ਅਤੇ ਜਿੱਥੇ ਸਿਚੁਏਸ਼ਨ ਪੁੱਠੀ ਹੋਵੇ, ਜਿੱਥੇ ਵਿਕਟਿਮ ਕੌਂਸਟੇਬਲ ਆ ਅਤੇ ਉੱਤੇ ਅਧਿਕਾਰੀ ਹੈ, ਤਾਂ ਮੈਨੂੰ ਨਹੀਂ ਲੱਗਦਾ ਇਹ 'ਤੇ ਜ਼ਿਆਦਾ ਸਾਨੂੰ ਇਮੈਜਿਨ ਕਰਨ ਦੀ ਲੋੜ ਹੈ। ਕਿਸ ਤਰ੍ਹਾਂ ਦੀ ਤੁਸੀਂ ਜਾਂਚ ਦੀ ਮੰਗ ਕਰਦੇ ਹੋ ਅਤੇ ਤੁਸੀਂ ਲਿਖ ਵੀ ਚੁੱਕੇ ਹੋ ਸਰੀਆਂ ਅਧਿਕਾਰੀਆਂ ਨੂੰ, ਕੀ ਲੱਗਦਾ ਤੁਹਾਨੂੰ ਵੀ ਇਸ ਤਰ੍ਹਾਂ ਇਨਸਾਫ ਮਿਲੇਗਾ? ਇਨਸਾਫ ਦੀ ਮੈਂ ਇਹ ਚਾਹੁੰਦੀ ਹਾਂ ਕਿ ਮੁਲਕ ਦੇ ਸਾਹਮਣੇ ਆਵੇ ਅੰਦਰ ਕੀ ਹੋ ਰਿਹਾ। ਮੈਨੂੰ ਇਹਨਾਂ ਤੋਂ ਹੁਣ ਕੁਛ ਚਾਹੀਦਾ ਨਹੀਂ, ਮੈਂ ਤਾਂ ਬਾਹਰ ਆ ਹੀ ਗਈ ਹਾਂ। ਮੈਂ ਸਿਰਫ ਇਹੀ ਗਵਰਨਮੈਂਟ ਆਫ ਇੰਡੀਆ ਨੂੰ ਕਹਿਣਾ ਚਾਹੁੰਦੀ ਹਾਂ ਕਿ ਇੱਕ ਇਨਕੁਆਇਰੀ ਇਸ ਕੇਸ 'ਚ ਕਰਾਉਣ ਕਿਸੇ ਇੰਡੀਪੈਂਡੈਂਟ ਬਾਹਰਲੀ ਏਜੰਸੀ ਤੋਂ। ਮੈਂ ਇੱਕ ਲੀਗਲ ਪ੍ਰੋਫੈਸ਼ਨਲ ਹਾਂ, ਮੈਂ ਬਿਨਾਂ ਐਵੀਡੈਂਸ ਤੋਂ ਗੱਲ ਨਹੀਂ ਕਰਦੀ। ਇੱਦਾਂ ਦੀ ਗੱਲ ਨਹੀਂ ਕਿ ਮੇਰੇ ਕੋਲ ਐਵੀਡੈਂਸ ਹੈ ਨਹੀਂ, ਪਰ ਉਹ ਸਾਰੇ ਆਫੀਸ਼ੀਅਲ ਡਾਕੂਮੈਂਟਸ ਹੈਗੇ ਆ। ਮੈਂ ਇੱਦਾਂ ਦੇਵਾਂ ਉਹ ਦੈਟ ਵੁੱਡ ਬੀ ਪ੍ਰੋਸੀਜਰਲੀ ਇਨਅਪਰੋਪਰੀਏਟ। ਸਰਕਾਰ ਇੱਕ ਚਾਹੇ ਕਮਿਸ਼ਨ ਬਿਠਾਵੇ, ਇੱਕ ਇਨਕੁਆਇਰੀ ਬਿਠਾਵੇ ਜਿਹੜੀ ਫਿਰ ਉਸ ਰਿਕਾਰਡ ਨੂੰ ਸਮਨ ਕਰੇ, ਅਤੇ ਫਿਰ ਮੈਂ ਐਵੀਡੈਂਸ ਦੇ ਨਾਲ ਗੱਲ ਕਰਾਂ। ਮੈਂ ਤੁਹਾਨੂੰ ਇਹ ਗੱਲ ਅਸ਼ੋਰ ਕਰਦੀ ਹਾਂ ਕਿ ਵਟ ਆਈ ਐਮ ਟੈਲਿੰਗ ਯੂ ਇਜ਼ ਦੀ ਟਿਪ ਆਫ ਦੀ ਆਈਸਬਰਗ, ਇਹਦੇ ਥੱਲੋਂ ਬਹੁਤ ਕੁਛ ਨਿਕਲੂਗਾ। ਔਰ ਦੂਸਰਾ ਮੇਰੀ ਦਰਖਾਸਤ ਸਰਕਾਰ ਨੂੰ ਇਹ ਆ ਕਿ ਜਿਹੜੀਆਂ ਸਾਡੀਆਂ ਡੋਟਰਸ ਆ, ਸਾਡੀਆਂ ਧੀਆਂ ਭੈਣਾਂ, ਅਸੀਂ ਇੰਨੇ ਮਾਣ ਨਾਲ ਘਰਦਿਆਂ ਨੇ ਉਹਨਾਂ ਨੂੰ ਉੱਥੇ ਭੇਜਿਆ ਹੋਇਆ ਆ, ਇੱਕ ਡਿਸਕ੍ਰੀਟ ਇਨਕੁਆਇਰੀ ਕਰਾਉਣ ਅਤੇ ਉਹਨਾਂ ਦੀ ਹਾਲਤ ਉੱਥੇ ਦੇਖਣ। ਮੈਡਮ, ਤੁਸੀਂ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਉੱਥੇ ਹੀ ਦੱਬ ਕੇ ਰਹਿ ਜਾਂਦੀ ਆ, ਤੁਸੀਂ ਡਾਕੂਮੈਂਟ ਵੀ ਦੱਸਿਆ, ਉਹ ਫਿਰ ਕਿਵੇਂ ਬਾਹਰ ਆਏਗੀ? ਕਿਉਂਕਿ ਜਦ ਅੱਗ ਬੋਲਣਗੀ ਨਹੀਂ ਲੇਡੀ, ਤੁਸੀਂ ਤਾਂ ਹਿੰਮਤ ਕਰਕੇ ਬਾਹਰ ਆਏ ਆ, ਤਾਂ ਬੋਲਣਗੀ ਤਾਂ ਇੱਦਾਂ ਹੀ ਦਬੀ ਰਹਿ ਗਿਆ। ਮੈਂ ਇਸੇ ਕਰਕੇ ਬਾਹਰ ਆਈ ਹਾਂ ਜੀ, ਤਾਂ ਕਿ ਮੈਂ ਸਿਰਫ ਆਪਣੇ ਲਈ ਨਹੀਂ ਆਈ, ਮੈਂ ਤਾਂ ਰਿਜ਼ਾਈਨ ਦੇ ਦਿੱਤਾ ਸੀ। ਮੈਂ ਪ੍ਰੋਫੈਸ਼ਨਲ ਹਾਂ, ਮੈਂ ਰੱਬ ਨੇ ਚਾਹਿਆ ਵਾਹਿਗੁਰੂ ਨੇ ਤਾਂ ਆਪਣਾ ਕਿਤੇ ਟੇਬਲ ਲਾਵਾਂਗੇ ਅਤੇ ਰੋਟੀ ਖਾ ਲਵਾਂਗੇ। ਇਹ ਮੈਂ ਉਹਨਾਂ ਲੇਡੀਜ਼ ਕਰਕੇ ਹੀ ਆਈ ਹਾਂ, ਮੈਂ ਉਹਨਾਂ ਦੀ ਆਵਾਜ਼ ਬਣਨਾ ਚਾਹੁੰਦੀ ਹਾਂ, ਉਹਨਾਂ ਦੀ ਇੱਕ ਇੰਸਪੀਰੇਸ਼ਨ ਬਣਨਾ ਚਾਹੁੰਦੀ ਹਾਂ। ਜੇ ਅੱਜ ਮੈਂ ਚੁੱਪ ਕਰ ਜਾਂਦੀ ਤਾਂ ਇਹ ਲੋਕ ਇਗਜ਼ਾਮਪਲ ਦਿੰਦੇ ਉਹਨਾਂ ਨੂੰ ਕਿ ਤੁਹਾਡੇ ਨਾਲ ਵੀ ਇੱਦਾਂ ਹੀ ਹੋਣਾ, ਫਿਰ ਝੋਲਾ ਪੈਕ ਕਰਕੇ ਤੁਹਾਨੂੰ ਘਰ ਨੂੰ ਜਾਣਾ ਪੈਣਾ ਆ। ਮੈਂ ਚਾਹੁੰਦੀ ਹਾਂ ਕਿ ਕਿਸੇ ਲੇਡੀ ਨਾਲ ਕੋਈ ਪੰਗਾ ਹੋਵੇ ਤਾਂ ਉਹ ਉਲਟਾ ਇਗਜ਼ਾਮਪਲ ਦੇਵੇ ਕਿ ਫਿਰ ਜਿੱਦਾਂ ਤੁਹਾਡੇ ਨਾਲ ਮੈਡਮ ਨੇ ਕੀਤੀ ਸੀ ਇਹ ਉੱਦਾਂ ਹੋਊਗਾ। ਮੈਡਮ, ਕਿੰਨੇ ਕੁ ਹੋਣਗੇ ਜਿਹੜੇ ਲੇਡੀ ਨੇ ਸ਼ਿਕਾਇਤ ਦਿੱਤੀ ਹੋਗੀ, ਜਿਹੜੇ ਸਾਹਮਣੇ ਤੁਸੀਂ ਤਾਂ ਚਲੋ ਸਾਹਮਣੇ ਆ ਗਏ, ਕਿਸੇ ਲੇਡੀ ਵੱਲੋਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਹੈ ਜਾਂ ਇਸ ਤਰ੍ਹਾਂ ਜਿਸ ਤਰੀਕੇ ਨਾਲ ਉਹਨਾਂ ਨਾਲ ਇਨਸਲਟ ਹੋਈ ਹੈ? ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਸਾਡੇ ਉੱਤੇ ਅਸੀਂ ਫੌਜੀ ਹਾਂ, ਇੱਕ ਪਰਟੀਕੁਲਰ ਐਕਟ ਲਾਗੂ ਹੁੰਦਾ ਹੈ। ਅਸੀਂ ਵੀ ਆਰ ਨੋਟ ਦੀ ਮੈਂਬਰਸ ਆਫ ਦੀ ਫੋਰਸ ਆਰ ਨੋਟ ਸਿਵਿਲੀਅਨਸ, ਦੇ ਆਰ ਗਵਰਨਡ ਬਾਈ ਅ ਪਰਟੀਕੁਲਰ ਐਕਟ। ਉਹਦੇ ਵਿੱਚ ਇਹਨਾਂ ਕੋਲ ਬਹੁਤ ਪਾਵਰ ਆ, ਇਹਨਾਂ ਕੋਲ ਬਹੁਤ ਪਾਵਰ ਆ। ਇਹ ਆਪਣੇ ਹਿਸਾਬ ਨਾਲ ਇਨਕੁਆਇਰੀ ਕਰਦੇ ਆ, ਇੱਕ ਸ਼ੈਮ ਜੀ ਇਨਕੁਆਇਰੀ, ਜਿੱਦਾਂ ਦੀ ਮੈਨੂੰ ਵੀ ਕਹਿ ਰਹੇ ਸੀ ਲਾ ਦੇਵਾਂਗੇ ਕਰਕੇ ਉਹ ਕਾਗਜ਼ਾਂ 'ਚ ਗੱਲ ਦੱਬ ਦਿੰਦੇ ਆ। ਔਰ ਦੂਜੀ ਗੱਲ ਇਹ ਆ ਕਿ ਇਹਨਾਂ ਦੇ ਅੰਦਰ ਕੋਰਟਸ ਵੀ ਹੈਗੀਆਂ ਆ, ਤੁਹਾਨੂੰ ਮੈਂ ਦੱਸਿਆ ਫੋਰਸ ਕੋਰਟ। ਬਾਹਰਲੀ ਕੋਰਟ ਦੇ ਵਿੱਚ ਕੀ ਆ, ਤੁਸੀਂ ਅਪੀਲ 'ਚ ਜਾਂਦੇ ਹੋ, ਥੱਲੜੀ ਤੋਂ ਤੁਸੀਂ ਸੈਸ਼ਨ 'ਤੇ ਜਾਂਦੇ ਹੋ, ਸੈਸ਼ਨ ਤੋਂ ਹਾਈ ਕੋਰਟ ਜਾਂਦੇ ਹੋ, ਸੁਪਰੀਮ ਕੋਰਟ ਜਾਂਦੇ ਹੋ, ਇਹਨਾਂ ਦੀ ਅਪੀਲ ਕੋਈ ਨਹੀਂ ਗੀ। ਆਰ ਟੀ ਆਈ 'ਚ ਤੁਸੀਂ ਇਹਨਾਂ ਤੋਂ ਕਾਗਜ਼ ਕੋਈ ਨਹੀਂ ਮੰਗ ਸਕਦੇ, ਇਸ ਕਰਕੇ ਦੇ ਆਮ ਤੀਨ ਪਾਰਸ ਉਹਨਾਂ ਦਾ ਹੀ ਮਿਸਯੂਜ਼ ਕਰਦੇ ਆ। ਅਤੇ ਫਿਰ ਇੱਦਾਂ ਦੀ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਵਿਚਾਰੇ ਲੋਅਰ ਰੰਗਸ 'ਚ ਬੰਦੇ ਹੈਗੇ ਆ, ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਆ ਲੀਗਲ ਜਿਹੜੇ ਜੱਜ ਅਟੋਰਨੀ ਜਨਰਲ ਬ੍ਰਾਂਚ ਨੇ, ਸਾਡੇ ਵਰਗਿਆਂ ਨੇ। ਆਪਾਂ ਆਵਾਜ਼ ਉਠਾਈ ਤਾਂ ਸਾਡੇ ਨਾਲ ਕੀ ਹੋਇਆ, ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਤੁਸੀਂ ਆਵਾਜ਼ ਉਠਾਈ ਹੈ, ਹੁਣ ਦੇਖੋ ਹਰ ਇੱਕ ਕਹਿੰਦਾ ਕਿ ਲੜਕੀਆਂ ਜਾਣ, ਹਰ ਇੱਕ ਫੀਲਡ 'ਚ ਜਾਣ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਇਹ ਹੋ ਰਿਹਾ ਕਿ ਲੱਗਦਾ ਤੁਹਾਨੂੰ ਵੀ ਇਹ ਪੇਰੈਂਟਸ ਭੇਜਣਗੇ ਲੜਕੀਆਂ ਨੂੰ ਇਸ ਫੀਲਡ 'ਚ? ਇੱਦਾਂ ਹੈ ਜੀ, ਮੈਂ ਆਪ ਵੀ ਇੱਕ ਬੇਟੀ ਦੀ ਮਾਂ ਹਾਂ, ਮੈਨੂੰ ਇੱਦਾਂ ਲੱਗਦਾ ਹੈ ਕਿ ਐਜ਼ ਅ ਪੇਰੈਂਟ ਮੇਰੀ ਇਹ ਰਿਕੁਐਸਟ ਆ ਪੂਰੇ ਸਮਾਜ ਨੂੰ, ਇਹ ਲੜਾਈ ਮੇਰੀ ਇਕੱਲੀ ਦੀ ਨਹੀਂ, ਸਾਡੇ ਸਾਰੇ ਸਮਾਜ ਦੀ ਆ। ਅਸੀਂ ਆਪਣੀ ਬੇਟੀ ਨੂੰ ਡਾਕਟਰ ਬਣਾ ਦਈਏ, ਇੰਜੀਨੀਅਰ ਬਣਾ ਦਈਏ, ਪਾਇਲਟ ਬਣਾ ਦਈਏ, ਇਹਦਾ ਕੋਈ ਫਾਇਦਾ ਨਹੀਂ ਗਾ ਜਦ ਤੱਕ ਸੁਸਾਇਟੀ ਇਜ਼ ਨੋਟ ਰੈਡੀ ਟੂ ਐਕਸੈਪਟ ਅਸ। ਮੈਂ ਜਿੱਦਣ ਵਰਦੀ ਪਾਉਂਦੀ ਸੀ, ਮੈਂ ਕਦੀ ਆਪਣੇ ਆਪ ਨੂੰ ਵਰਦੀ ਪਾ ਕੇ ਇੱਕ ਲੇਡੀ ਨਹੀਂ ਸੀ ਸਮਝਿਆ। ਮੈਨੂੰ ਲੱਗਦਾ ਸੀ ਆਈ ਐਮ ਐਨ ਆਫਿਸਰ ਆਫ ਦੀ ਫੋਰਸ ਐਂਡ ਆਈ ਐਮ ਜੈਂਡਰਲੈਸ, ਪਰ ਸੁਸਾਇਟੀ ਇਜ਼ ਨੋਟ ਯੈਟ ਰੈਡੀ। ਮੈਨੂੰ ਉਹ ਬੰਦੇ ਨੂੰ ਮੇਰੇ ਰੈਂਕ ਨਹੀਂ ਦਿਖੇ, ਰੈਂਕ ਜਿਹੜਾ ਹੁੰਦਾ ਤੁਹਾਡੇ ਮੋਢੇ 'ਤੇ ਲੱਗਾ, ਦੈਟ ਇਜ਼ ਦੀ ਪਾਵਰ ਆਫ ਸਟੇਟ, ਉਹ ਸਟੇਟ ਦੀ ਨਿਸ਼ਾਨੀ ਹੈ। ਉਹਨੂੰ ਮੇਰੇ ਅੰਦਰ ਜਾਂ ਡਾਕਟਰ ਦੇ ਉੱਤੇ ਰੈਂਕ ਨਹੀਂ ਦਿਖੇ, ਉਹਨੂੰ ਇੱਕ ਔਰਤ ਦਿਖੀ। ਅਤੇ ਇਹ ਜਿਹੜੀ ਜਦ ਤੱਕ ਸੋਚ ਨਹੀਂ ਬਦਲਦੀ, ਮੈਨੂੰ ਨਹੀਂ ਲੱਗਦਾ ਸਾਨੂੰ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਕੇ ਉਹ ਤਾਂ ਜ਼ਿਆਦਾ ਵਲਨਰੇਬਲ ਸਿਚੁਏਸ਼ਨ ਦੇ ਵਿੱਚ ਭੇਜਣ ਵਾਲੀ ਗੱਲ ਹੋ ਜਾਂਦੀ ਹੈ। ਸੋ ਵੀ ਨੀਡ ਟੂ ਯੂ ਨੋ ਸੈੱਟ ਦੀ ਦੀਜ਼ ਥਿੰਗਸ ਰਾਈਟ ਫਸਟ। ਥੈਂਕ ਯੂ।